साथियों कल पंजाब सरकार वालों पंजाब दे सारे जिले दे डीसीज एसएसपी ते पुलिस कमिश्नरां नूं हुक्म जारी किए गए बेहुदा जिहड़े हुक्म जारी किए गए जिहड़े मैं तुहानूं दसन लगा जदों सोशल मीडिया दे उत्ते उन्हां हुक्मां दा मजाक बनिया उन्हां हुक्मां दा विरोध होया ते हुक्म ते भावें वापस लै ले गए पर मैं सरकार दी मंशा दसन लगा पंजाब दी जनता दे प्रति बेरोजगारां दे प्रति हक मंगण वालियां दे प्रति ते अपने हकां लई आवाज़ चुकण वालियां दे प्रति इन्हां दी की मंशा वा इत्थे दसण दी लोड़ ही नहीं कि सरकार कोई भी होवे उहदी इक्को ही मंशा हुंदी उहनूं आवाज़ चुकण वाले लोग नहीं पसंद हुंदे बल्कि गूंगे लोग जिहड़े पसंद हुंदे आ लोकां दी आवाज़ दबाउण लई उह चिट्ठी की जारी कीती गई उह मैं चिट्ठी पढ़ के तुहानूं सुणाउण लगा ते इहदे उत्ते गौर करिओ के वल समूह डिप्टी कमिश्नर समूह कमिश्नर पुलिस ते समूह एसएसपी विशा मानयोग मुख्यमंत्री पंजाब दी आमद दे दौरान सुरक्षा प्रबंधा दा जिहड़ा बंदोबस्त करन संबंधी आप जी नूं लिखिया जांदा है कि जदों भी मानयोग मुख्यमंत्री दा आप जी दे जिले दे विच फंक्शन प्रोग्राम हुंदा है तां मानयोग मुख्यमंत्री जी दी आमद दे दौरान वख-वख जथेबंदियां वल्लों वख-वख संगठनां दे वल्लों उच्ची आवाज़ विच नारे लाए जांदे हन इस लई भविख विच जदों भी आप दे इलाके दे विच मुख्यमंत्री दा दौरा होवे वख-वख जथेबंदियां संगठनां वल्लों अपणियां मंगां संबंधी मुजाहरा कीता जा रिहा होवे उस जगह दे उपर डीजे लगा दिता जावे जिहदे विच धार्मिक गीत ते गुरबाणी जिहड़ी उच्ची उच्ची चलाई जावे तां जो उहनां दे नारियां दी समझ ना आ सके। हुण मैं गल कर लगा पहलां तां मैं कहण लगा चन्नी साहब नूं कि तुहाडी आमद दे संबंध दे विच हुक्म जारी होए ने मैं तुहानूं इह कहना चाहुंदा कि गुरबाणी रमायण जां कोई भी धार्मिक कथा वा ਉਹ ਲੋਕਾਂ ਦਾ ਮਨ ਸ਼ਾਂਤ ਕਰਨ ਲਈ ਕੀਤੀ ਜਾਂਦੀ ਹੈ ਤੇ ਸੁਣੀ ਜਾਂਦੀ ਹੈ ਨਾ ਕਿ ਲੋਕਾਂ ਦੀ ਆਵਾਜ਼ ਦੱਬਣ ਲਈ ਲੋਕਾਂ ਦੇ ਉੱਤੇ ਜ਼ੁਲਮ ਕਰਨ ਲਈ। ਦੂਜੀ ਗੱਲ ਮੈਂ ਹੈਰਾਨ ਇਸ ਗੱਲ ਤੋਂ ਹਾਂ ਕਿ ਗੁਰਬਾਣੀ ਦੀ ਕੋਈ ਤੁਕ ਅਣਜਾਣ ਪੁਣੇ ਦੇ ਵਿੱਚ ਜੇ ਕੋਈ ਗਲਤ ਪੜ੍ਹ ਲਵੇ ਜਾਂ ਗਲਤ ਬੋਲ ਲਵੇ ਜਾਂ ਗਲਤ ਲਿਖ ਲਵੇ ਬਸ਼ਰਤੇ ਉਹ ਬਾਦਲ ਦਲ ਦੇ ਨਾਲ ਸੰਬੰਧਿਤ ਨਾ ਹੋਵੇ ਹੋਰ ਕਿਸੇ ਵੀ ਪਾਰਟੀ ਦਾ ਤੇ ਜਾਂ ਹੋਰ ਕਿਸੇ ਦਾ ਵੀ ਉਹ ਕਿਸੇ ਵੀ ਧਰਮ ਤੇ ਕੌਮ ਨਾਲ ਸੰਬੰਧ ਰੱਖਦਾ ਹੋਵੇ ਕਾਲ ਤਖਤ ਦੇ ਜਾਇਦਾਰ ਝੱਟ ਹੀ ਨੋਟਿਸ ਲੈ ਲੈਂਦੇ ਨੇ। ਇੱਥੇ ਤਾਂ ਚੰਨੀ ਸਾਹਿਬ ਤੁਸੀਂ ਗੁਰਬਾਣੀ ਮਜਲੂਮ ਲੋਕਾਂ ਦੀ ਆਵਾਜ਼ ਦੱਬਣ ਲਈ ਉਹਦੀ ਵਰਤੋਂ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਤੇ ਕਾਲ ਤਖਤ ਦੇ ਜਾਇਦਾਰ ਵੱਲੋਂ ਕੋਈ ਬਿਆਨ ਹੀ ਨਹੀਂ ਆਉਂਦਾ। ਕਾਰਨ ਕੀ ਹੈ ਕਿ ਉਹਨਾਂ ਦਾ ਤੁਹਾਡੇ ਨਾਲ ਨੇੜ ਹੈ ਗਾਇਬ ਗਾਏ ਤੁਸੀਂ ਕਿਤੇ ਨਾ ਕਿਤੇ ਜਾ ਕੇ ਉਹਨਾਂ ਕੋਲ ਹਾਜ਼ਰੀ ਭਰਦੇ ਰਹਿੰਦੇ ਹੋ ਨਹੀਂ ਤਾਂ ਉਹਨਾਂ ਦੇ ਤੇ ਹੁਣ ਕਦੀ ਮੈਂ ਵੇਖਿਆ ਕਿ ਜਹੇਦਾਰ ਸਾਹਿਬ ਨੇ ਕਦੀ ਬੇਅਦਬੀ ਦੇ ਉੱਤੇ ਵੀ ਇਨਸਾਫ ਨਹੀਂ ਮੰਗਿਆ ਜਦੋਂ ਦੇ ਤੁਸੀਂ ਮੁੱਖ ਮੰਤਰੀ ਬਣੇ ਹੋ ਨਹੀਂ ਤਾਂ ਗਾਇਬ ਗਾਏ ਬਾਦਲਾਂ ਨੂੰ ਸਾਫ਼ ਕਰਨ ਲਈ ਹਰ ਦੂਜੇ ਤੀਜੇ ਮਹੀਨੇ ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਦਿੰਦੇ ਸੀਗੇ ਤੇ ਬੇਅਦਬੀ ਤੇ ਇਨਸਾਫ ਦੇ ਉੱਤੇ ਸਰਕਾਰ ਨੂੰ ਝਾੜ ਪਾ ਦਿੰਦੇ ਸੀਗੇ ਪਰ ਇੱਥੇ ਤੁਹਾਡਾ ਯਰਾਨਾ ਇਹਦੇ ਨਾਲ ਉਹ ਤੁਹਾਨੂੰ ਕਦੀ ਰੋਕਦੇ ਟੋਕਦੇ ਨਹੀਂ ਇਸ ਮਸਲੇ ਦੇ ਉੱਤੇ ਔਰ ਤੁਹਾਡੇ ਵਿਰੁੱਧ ਉਹ ਜਾ ਹੀ ਨਹੀਂ ਸਕਦੇ। ਇਹਦੇ ਨਾਲ ਨਾਲ ਮੈਂ ਵੀ ਕਹਿਣਾ ਚਾਹੁੰਦਾ ਕਿ ਸਾਡੇ ਸੂਬੇ ਦੇ ਗ੍ਰਹਿ ਮੰਤਰੀ ਜਿਨ੍ਹਾਂ ਦੇ ਹੇਠ ਪੁਲਿਸ ਆਉਂਦੀ ਆ ਸਾਰੀ ਉਹ ਅਮਰਧਾਰੀ ਵੀ ਨੇ ਉਹਨਾਂ ਨੂੰ ਤਾਂ ਬਾਣੀ ਦੀ ਅਹਿਮੀਅਤ ਪਤਾ ਵਾ ਅਤੇ ਉਹਨਾਂ ਨੇ ਵੀ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਕੇਵਲ ਨੋਟਿਸ ਵਾਪਸ ਲੈ ਲੈਣਾ ਹੁਕਮ ਵਾਪਸ ਲੈ ਲੈਣੇ ਕੀ ਇਹ ਪੰਜਾਬ ਦੇ ਲੋਕਾਂ ਦਾ ਇਨਸਾਫ ਹੈ। ਪਰ ਚਲੋ ਮੈਂ ਇਹਨੂੰ ਧਾਰਮਿਕ ਰੰਗਤ ਨਹੀਂ ਦੇਣਾ ਚਾਹੁੰਦਾ ਇਹ ਮੇਰਾ ਕੰਮ ਨਹੀਂ ਹੈ ਇਹਨੂੰ ਧਾਰਮਿਕ ਰੰਗਤ ਦੇਣੀ ਹੈ ਅਤੇ ਉਹ ਧਰਮ ਦੇ ਠੇਕੇਦਾਰ ਹੋਰ ਬੜੇ ਬੈਠੇ ਨੇ ਉਹ ਮੇਰਾ ਮਸਲਾ ਨਹੀਂ ਹੈ। ਹੁਣ ਮੈਂ ਗੱਲ ਕਰਨ ਲੱਗਾ ਚੰਨੀ ਸਾਹਿਬ ਤੁਹਾਡੀ ਜਦੋਂ ਤੁਸੀਂ ਨਵੇਂ ਮੁੱਖ ਮੰਤਰੀ ਬਣੇ ਹੋ ਤੁਸੀਂ ਕਪੂਰਥਲੇ ਦੇ ਵਿੱਚ ਇੱਕ ਲੈਕਚਰ ਕੀਤਾ ਮੈਨੂੰ ਯਾਦ ਹੈ ਯੂਨੀਵਰਸਿਟੀ ਦੇ ਵਿੱਚ ਉਹ ਸਾਰਾ ਅਜੇ ਤੱਕ ਮੇਰੇ ਕੋਲ ਰਿਕਾਰਡ ਹੈ ਮੈਂ ਉਹ ਸਾਂਭ ਕੇ ਰੱਖਿਆ ਆ। ਤੁਸੀਂ ਉਹਦੇ ਵਿੱਚ ਇੱਕ ਗੱਲ ਕਹੀ ਸੀ ਕਿ ਮੈਂ ਹਰ ਕਿਸੇ ਦੀ ਗੱਲ ਸੁਣਾਂਗਾ ਮੈਂ ਗਰੀਬਾਂ ਦਾ ਮੁੱਖ ਮੰਤਰੀ ਹਾਂ ਅਤੇ ਹੁਣ ਤਾਂ ਤੁਸੀਂ ਉਹ ਕੰਮ ਕਰਨ ਲੱਗ ਪਏ ਵੀ ਜੋ ਪੁਰਾਣੀਆਂ ਸਰਕਾਰਾਂ ਕਰਦੀਆਂ ਸੀਗੀਆਂ ਜੋ ਪੁਰਾਣੇ ਸ਼ਾਸਕ ਜਿਹੜੇ ਜ਼ਾਲਮ ਉਹ ਕਰਦੇ ਸੀਗੇ ਵੱਖਰਾ ਤੁਸੀਂ ਕੀ ਕਰ ਰਹੇ ਹੋ ਵੱਖਰਾ ਤੁਸੀਂ ਕੀ ਦੇ ਰਹੇ ਹੋ ਤੁਸੀਂ ਵੀ ਉਸੇ ਰਵਾਨੀ ਦੇ ਵਿੱਚ ਹੀ ਬਹਿ ਗਏ। ਮੈਂ ਤੁਹਾਨੂੰ ਇਹ ਦੋ ਲੈਣਾ ਕਹਾਂ ਨਾ ਕਿਸੇ ਨੇ ਬਹੁਤ ਵਧੀਆ ਲਿਖੀਆਂ ਨੇ ਕਿ ਬਹੇ ਜਾਤੇ ਹੋ ਰਵਾਨੀ ਕੇ ਸਾਥ ਉਲਟੇ ਪਤਵਾਰ ਗੁਮਾਓ ਤੋ ਜਾਣੇ ਉਹਨਾਂ ਤੋਂ ਵੱਖਰਾ ਕਰਕੇ ਵਿਖਾਉਂਦੇ ਉਹਨਾਂ ਤੋਂ ਉਲਟ ਚੱਲ ਕੇ ਵਿਖਾਉਂਦੇ ਮੈਂ ਨਹੀਂ ਕਹਿੰਦਾ ਵੱਖਰਾ ਜੋ ਤੁਸੀਂ ਲੈਕਚਰ ਕੀਤਾ ਸੀਗਾ ਉਹਦੇ ਉੱਤੇ ਪਹਿਰਾ ਦੇ ਕੇ ਵਿਖਾਉਂਦੇ ਔਰ ਤੁਹਾਡੇ ਲੈਕਚਰ ਦੀਆਂ ਮੈਂ 17 ਤੁਹਾਨੂੰ ਯਾਦ ਕਰਾਉਣੀਆਂ ਚਾਹੁੰਦਾ ਤੁਸੀਂ ਉਹਦੇ ਵਿੱਚ ਕੀ ਕਹਿੰਦੇ ਹੋ ਤੁਹਾਨੂੰ ਦੋ ਗੱਡੀਆਂ ਪੰਜਾਬ ਸਰਕਾਰ ਵੱਲੋਂ ਮੇਰੇ ਖਿਆਲ ਲੈਂਡ ਕਰੂਜ਼ਰ ਹੈ ਟੋਇਟਾ ਦੀਆਂ ਉਹ ਤੁਹਾਨੂੰ ਮਿਲੀਆਂ ਅਤੇ ਤੁਸੀਂ ਆਪਣੇ ਲੈਕਚਰ 'ਚ ਕਹਿ ਰਹੇ ਹੋ ਜਦੋਂ ਮੈਂ ਗੱਡੀਆਂ ਦੇਖੀਆਂ ਤਾਂ ਮੈਂ ਆਪਣੇ ਅਫਸਰਾਂ ਨੂੰ ਕਿਹਾ ਯਾਰ ਇਹ ਕਮਰੇ ਜਿਹੜੀਆਂ ਗੱਡੀਆਂ ਮੈਨੂੰ ਲੈ ਦਿੱਤੀਆਂ 1.5-1.5 ਕਰੋੜ ਦੀਆਂ ਗੱਡੀਆਂ ਵਾ ਇਹ ਪੈਸਾ ਗਰੀਬਾਂ 'ਤੇ ਲਾ ਦਿੰਦੇ
उन्हां नूं दे दिंदे, उन्हां दा कोई सवार दिंदे। गड्डियां दी वरतों ते तुसीं करनी शुरू कर दित्ती, उह तुहाडा कोई प्रोटोकॉल होऊगा, तुहाडी सिक्योरिटी नाल संबंधित होऊगा। मैं उहदे उत्ते किंतू परंतु नहीं करना चाहुंदा, पर हुण मैनूं तुसीं दसो कि तुसीं गरीबां दे मुख्यमंत्री हो, डेली तुसीं जिहड़े भी बंदे अखबार वेखदे आ, हर अखबार दे विच रोजाना तुहाडी फुल पेज दी इक ऐड आ रही है, 3-4 लाख तों घट उस ऐड का खर्चा नहीं है। मतलब 15-20 अखबारों ने तो तुम एवरेज ला लो 50 लाख रुपया अखबारों आप रोज़ इश्तहारा का देन रहे हो। 1.5 करोड़ दी गड्डियां हुण को मैना नहीं रख दियां, तो 50 लाख के करीब मेरा ख्याल है इलैक्ट्रॉनिक जिहड़ा मीडिया उहदे उत्ते तुहाडा खर्चा हो रहा, और होर्डिंग्स तुहाडे थां थां ते बसां दे उत्ते सारे जिलों च सारे पिंडां दे विच भर दित्ते। मेरे ख्याल मुताबक कि 1.5 करोड़ रुपये तो उत्ते ते इह खर्चा जिहड़ा आउणा शुरू हो गया, जिहड़ा डेली का खर्चा वा। तुसीं कदी एवरेज ला के वेखी आ भी इहदे नाल गरीबां दा किन्ना सौर सकदा वा। एक अखबार नूं तुसीं 3 लाख का इश्तहार दिंदे हो कागज़, ते जे 3-4 लाख रुपये ना, मैं तुहानूं दावे नाल कह सकदा किसी पिंड दे विच किसी बंदे नूं जमीन भी मिल सकती इन्ने पैसों दे विच, ते उहदे उत्ते 2 कमरे भी पै सकदे। उहदे 1 करोड़ रुपया रोज़ का खर्च करन नालों मेरा ख्याल है 90 तों 100 जिहड़े लोग आ उहनां नूं रोज़ का एक जिहड़ा घर ओह मिल सकदा वा 1.5 करोड़ दे नाल। आपां इहनां दे उत्ते पैसा क्यों नहीं ला रहे? 3 लाख दे हिसाब दे नाल 1.5 करोड़ नूं तकसीम कर लो, 50 घर जिहड़े तुसीं रोज़ बना के दे सकदे हो। फिर इह जिहड़ा पैसा खर्च किया जा रहा, यह पैसा कोई सरकार छापत नहीं रही नोट, यह लोगों का दिता हुआ टैक्स है। कि तुसीं इंसाफ कर रहे हो लोगों के नाल? की फर्क रह गया तुहाडे विच सुखबीर बादल ते कैप्टन अमरिंदर सिंह दे विच? ओह वी ओह ही करदे सीगे जिहड़ा तुसीं कर रहे हो। पंजाब उजड़ गया ते तुसीं अपने आप नूं प्रमोट करन ते लगे हो भी कोई बंदा मेरी पछाण तों अधूरा ना रह जाए, जिहनूं पता ना लगे भी चरणजीत सिंह चन्नी कौण आ। मैनूं नहीं पता तुहानूं सलाहां कौण दिंदा वा, ओह मैनूं ते जिन्ना इनफॉर्मेशन मैनूं आई आ कि ओहो ही सलाहकार जिहड़े कैप्टन अमरिंदर सिंह नाल हुंदे सीगे, ਉਹ ਸਲਾਹਕਾਰ ਤੁਸੀਂ ਉਹਨਾਂ ਆਪਣੇ ਨਾਲ ਰੱਖ ਲਿਆ। ਤੁਸੀਂ ਉਹਨਾਂ ਨੂੰ ਰੱਖਣ ਤੋਂ ਪਹਿਲਾਂ ਉਹਦਾ ਹਸ਼ਰ ਵੇਖ ਲੈਂਦੇ ਵੀ ਤੁਸੀਂ ਕੀ ਕਰਕੇ ਲਾਇਆ ਵਾ। ਅੱਜ ਤੁਸੀਂ ਵੀ ਉਹਨਾਂ ਗੱਲਾਂ ਦੇ ਉੱਤੇ ਤੁਰ ਪਏ ਜਿਹੜੇ ਤੁਹਾਡੇ ਕੋਲੋਂ ਖਰਚਾ ਵੀ ਅਥਾਹ ਕਰਾਈ ਜਾ ਰਹੇ ਆ, ਔਰ ਤਰ੍ਹਾਂ ਤਰ੍ਹਾਂ ਦੇ ਬਹੁਦਾ ਜਿਹੜੇ ਹੁਕਮ ਤੁਹਾਡੇ ਵੱਲੋਂ ਜਾਰੀ ਕਰਾਉਂਦੇ ਆ, ਤੁਹਾਡੀ ਸਰਕਾਰ ਵੱਲੋਂ ਜਾਰੀ ਕਰਾਉਂਦੇ ਆ, ਉਹਨਾਂ ਦੀਆਂ ਸਲਾਹਾਂ ਦੇ ਉੱਤੇ ਬਹੁਤਾ ਚਿਰ ਤੁਸੀਂ ਵੀ ਨਹੀਂ ਟਿਕ ਸਕਦੇ ਪੰਜਾਬ ਦੀ ਸਿਆਸਤ ਦੇ ਵਿੱਚ। ਇਹਨਾਂ 'ਚੋਂ ਮੈਂ ਤੁਹਾਡੇ ਸਲਾਹਕਾਰਾਂ ਦੇ ਵਿੱਚੋਂ ਮੈਂ ਦਾਅਵੇ ਨਾਲ ਕਹਿ ਸਕਦਾ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਸਵਾਏ ਤੁਹਾਨੂੰ ਖੁਸ਼ ਕਰਨ ਤੋਂ ਹੋਰ ਕੋਈ ਸਲਾਹ ਦੇ ਸਕੇ। ਇਹਨਾਂ ਦਾ ਤਾਂ ਉਹ ਹਾਲ ਆ ਵੀ ਪੰਜਾਬ ਉੱਜੜ ਰਿਹਾ ਵਾ, ਰੋਜ਼ ਮਤਲਬ ਅੱਗ ਲੱਗ ਰਹੀ ਆ ਪੰਜਾਬ ਦੇ ਪੈਸੇ ਨੂੰ। ਇਹਨਾਂ ਲਈ ਉਹ ਮੈਂ ਲੈਣਾ ਕਹਾਂ ਤੁਹਾਡੇ ਲਈ ਅਤੇ ਇਹਨਾਂ ਲਈ ਕਿ ਲਗਾ ਕੇ ਆਗ ਸ਼ਹਿਰ ਕੋ ਬਾਦਸ਼ਾਹ ਨੇ ਕਿਹਾ, ਉਠਾ ਹੈ ਦਿਲ ਮੇਂ ਤਮਾਸ਼ੇ ਕਾ ਸ਼ੌਂਕ ਬਹੁਤ, ਔਰ ਝੁਕਾ ਕੇ ਸਾਰਾ ਜਿੰਨੇ ਤੁਹਾਡੇ ਸਲਾਹਕਾਰ ਆ ਝੁਕਾ ਕੇ ਸਰ ਸਭੀ ਸ਼ਾਹਪ੍ਰਸਤ ਬੋਲ ਉੱਠੇ, ਹਜ਼ੂਰ ਕਾ ਸ਼ੌਂਕ ਸਲਾਮਤ ਰਹੇ, ਸ਼ਹਿਰ ਔਰ ਬਹੁਤ ਹੈ। ਮਤਲਬ ਉਹਨਾਂ ਦਾ ਇਹ ਕੰਮ ਹੈ ਵੀ ਇੱਕ ਦੇ ਨਾਲ ਜੇ ਤੁਸੀਂ ਐਡ ਕਰ ਰਹੇ ਹੋ ਤਾਂ ਇਸ ਤਰੀਕੇ ਦੇ ਹੋਰ ਤੁਹਾਨੂੰ ਸਲਾਹਾਂ ਦੇ ਰਹੇ ਆ ਕਿ ਜਿਹਦੇ ਨਾਲ ਪੰਜਾਬ ਦਾ ਪੈਸਾ ਅਤੇ ਪੰਜਾਬ ਉੱਜੜ ਰਿਹਾ ਵਾ। ਸਲਾਹਾਂ ਤੁਹਾਨੂੰ ਕੀ ਦਿੰਦੇ ਆ ਕਿ ਜਿਹੜੇ ਬੰਦੇ ਟੈਂਕੀਆਂ 'ਤੇ ਚੜ੍ਹ ਗਏ ਉਹਨਾਂ ਦੇ ਉੱਤੇ ਪਰਚੇ ਦਰਜ ਕਰਾ ਦਿਓ? ਕਦੀ ਪੁਲਿਸ ਵੱਲੋਂ DJ ਲਵਾਏ ਜਾਣਗੇ ਅਤੇ ਲੋਕਾਂ ਦੀ ਆਵਾਜ਼ DJ ਦੀ ਆਵਾਜ਼ ਦੇ ਨਾਲ ਬੰਦ ਕੀਤੀ ਜਾਊਗੀ ਜਿੱਥੇ ਵੀ CM ਨੇ ਜਾਣਾ ਵਾ? ਅਤੇ ਕਦੇ CM ਸਾਹਿਬ ਭੰਗੜਾ ਪਾਉਣ ਲੱਗ ਪੈਂਦੇ ਨੇ? ਯਾਦ ਰੱਖੋ CM ਸਾਹਿਬ, ਤੁਸੀਂ ਪੰਜਾਬ ਦੇ CM ਬਣੇ ਹੋ, ਪੰਜਾਬ ਦੇ ਮਾਲਕ ਬਣੇ ਹੋ, ਕਿਸੇ ਆਰਕੈਸਟਰਾ ਦੇ ਮਾਲਕ ਨਹੀਂ ਬਣਾਇਆ ਤੁਹਾਨੂੰ ਵੀ ਆਪਾਂ ਇਹੋ ਜਿਹੇ ਮਨੋਰੰਜਨ ਦੇ ਪ੍ਰੋਗਰਾਮ ਕਰਦੇ ਰਹੀਏ। ਪੰਜਾਬ ਦੇ ਲੋਕਾਂ ਦੇ ਲੋਕ ਹਿੱਤ ਫੈਸਲੇ ਲਓ, ਨਾ ਕਿ ਲੋਕਾਂ ਦਾ ਧਿਆਨ ਖਿੱਚਣ ਵਾਲੇ ਫੈਸਲੇ ਲਓ। ਧਿਆਨ ਤਾਂ ਇੱਕ ਸਰਕਸ ਦਾ ਜੋਕਰ ਵੀ ਖਿੱਚ ਲੈਂਦਾ ਵਾ ਆਪਣੇ ਵੱਲ, ਉਹ ਬਾਕੀ ਕਲਾਕਾਰਾਂ ਨਾਲੋਂ ਵੱਧ ਧਿਆਨ ਖਿੱਚਦਾ ਵਾ। ਸੋ ਸਰਕਸ ਦੇ ਜੋਕਰ ਨਾ ਬਣੋ, ਪੰਜਾਬ ਦੇ ਹਿੱਤਾਂ ਲਈ ਕੋਈ ਕੰਮ ਕਰੋ ਅਤੇ ਜੋ ਤੁਹਾਡਾ ਪਹਿਲੇ ਦਿਨ ਲੈਕਚਰ ਸੀਗਾ ਉਹਦੇ ਉੱਤੇ ਅਮਲ ਕਰੋ। ਮੈਂ ਅਖੀਰ ਦੇ ਵਿੱਚ ਸਰਕਾਰ ਨੂੰ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਉੱਤੇ ਵੀ ਉਹ ਰੰਗ ਚੜ੍ਹ ਗਿਆ ਸ਼ਾਸਕਾਂ ਵਾਲਾ ਜਿਹਦੇ ਤੋਂ ਤੁਸੀਂ ਮਤਲਬ ਛੁਟਕਾਰਾ ਪਾਉਣ ਦੀਆਂ ਗੱਲਾਂ ਕਰਦੇ ਸੀਗੇ, ਅੱਜ ਤੁਸੀਂ ਵੀ ਉਸ ਰੰਗ ਦੇ ਵਿੱਚ ਰੰਗੇ ਗਏ ਹੋ। ਹੰਕਾਰ ਨਾ ਕਰੋ, ਅਤੇ ਜੇ ਹੰਕਾਰ ਕਰਦੇ ਹੋ ਤਾਂ ਤਗੜਿਆਂ ਦਾ ਕੁਛ ਕਰਕੇ ਵਿਖਾਓ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ। ਤਗੜਿਆਂ ਦੇ ਬਾਰੇ ਤੁਹਾਡੇ ਕੋਲੋਂ ਕੋਈ ਫੈਸਲਾ ਨਹੀਂ ਲਿਆ ਗਿਆ 3 ਮਹੀਨਿਆਂ ਦੇ ਵਿੱਚ, ਅਤੇ ਗਰੀਬਾਂ 'ਤੇ ਜ਼ੁਲਮ ਕਰਨ ਵਾਲੇ ਫੈਸਲੇ ਰੋਜ਼ ਹੀ ਤੁਹਾਡਾ ਕੋਈ ਨਾ ਕੋਈ ਹੁਕਮ ਆ ਜਾਂਦਾ ਅਤੇ ਰੋਜ਼ ਹੀ ਕਿਤੇ ਨਾ ਕਿਤੇ ਡਾਂਗਾ ਵੱਜਦੀਆਂ ਵਾ। ਮੈਂ ਤੁਹਾਨੂੰ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਮੈਨੂੰ ਪਤਾ ਕੀ ਕੁਛ ਤੁਹਾਡੇ ਪੱਲੇ ਆ ਸਰਕਾਰ ਦੇ, ਕੁਛ ਨਹੀਂ ਹੋਣਾ ਤੁਹਾਡੇ ਕੋਲ ਪੰਜਾਬ ਦੇ ਭਲੇ ਲਈ। ਕਿ ਹਮ ਜਾਣਤੇ ਹੈ ਕਿ ਬੁਲਬੁਲ ਤੇਰੀ ਹਕੀਕਤ ਕਿਆ ਹੈ, ਹਮ ਜਾਣਤੇ ਹੈ ਬੁਲਬੁਲ ਕਿਆ ਹੈ ਤੇਰੀ ਹਕੀਕਤ, 2-4 ਹੱਡੀਆਂ ਹੈ ਕੁਛ ਪਰ ਲਗੇ ਹੋਏ ਹੈ।